ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ 3 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤੀਪੂਰਵਕ ਪੱਕਾ ਧਰਨਾ ਲਗਾਇਆ ਹੋਇਆ ਹੈ ਅਤੇ ਕਿਸਾਨਾਂ ਵੱਲੋਂ ਲੰਗਰ ਪਾਣੀ ਦਾ ਪ੍ਰਬੰਧ ਵੀ ਉੱਥੇ ਹੀ ਕੀਤਾ ਹੋਇਆ ਹੈ। ਪਰ 3 ਦਿਨ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਨੂੰ ਕੋਈ ਟਾਈਮ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੇ ਮੀਟਿੰਗ ਦੌਰਾਨ ਉਹਨਾਂ ਦੀਆਂ ਜੋ ਮੰਗਾਂ ਮੰਨੀਆਂ ਹਨ ਉਹ ਜਲਦ ਲਾਗੂ ਕੀਤੀਆਂ ਜਾਣ ਅਤੇ ਕੇਂਦਰ ਸਰਕਾਰ ਵੱਲੋਂ ਜੋ ਪ੍ਰਸ਼ਾਂਤ ਏਸ਼ੀਆ ਕਰ ਮੁਕਤ ਸਮਝੌਤਾ ਜੋ ਲਾਗੂ ਕੀਤਾ ਗਿਆ ਹੈ ਉਹ ਰੱਦ ਕੀਤਾ ਜਾਵੇ। ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹੇ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਧਰਨੇ ਦੇਣ ਲਈ ਮਜਬੂਰ ਕਰ ਰਹੀ ਹੈ। ਪਿਛਲੇ 3 ਦਿਨਾਂ ਤੋਂ ਉਹਨਾਂ ਦਾ ਗੁਰਦਾਸਪੁਰ ਵਿੱਚ ਧਰਨਾ ਚੱਲ ਰਿਹਾ ਹੈ ਪਰ ਅਜੇ ਤੱਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਸਾਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਦੀ ਮੰਗ ਹੈ ਕਿ ਗੁਰਦਾਸਪੁਰ ਸ਼ੂਗਰ ਮਿੱਲ ਵੱਲ ਜੋ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਹੈ ਉਹ ਜਲਦ ਜਾਰੀ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਫਸਲ ਦਾ ਮੁੱਲ ਦੇਵੇ ਅਤੇ ਪੰਜਾਬ ਸਰਕਾਰ ਨੇ ਮੀਟਿੰਗ ਦੌਰਾਨ ਉਹਨਾਂ ਦੀਆਂ ਜੋ ਮੰਗਾਂ ਮੰਨੀਆਂ ਹਨ ਉਹ ਲਾਗੂ ਕੀਤੀਆਂ ਜਾਣ ਅਤੇ ਸਭ ਤੋਂ ਵੱਡੀ ਗੱਲ ਜੋ ਕੇਂਦਰ ਸਰਕਾਰ ਨੇ ਪ੍ਰਸ਼ਾਂਤ ਏਸ਼ੀਆ ਕਰ ਮੁਕਤ ਸਮਝੌਤਾ ਲਾਗੂ ਕੀਤਾ ਹੈ ਉਹ ਬੜੇ ਗੁਪਤ ਤਰੀਕੇ ਨਾਲ ਕੀਤਾ ਗਿਆ ਹੈ ਜਿਸ ਨਾਲ ਕਿਸਾਨੀ ਖਤਮ ਹੋ ਜਾਵੇਗੀ। ਇਸ ਲਈ ਕਿਸਾਨ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਧਰਨਾ ਜੋ ਲੱਗਾ ਹੋਇਆ ਬੜਾ ਸ਼ਾਂਤਮਈ ਸੂਬੇ ਦੇ ਵਿੱਚ 12 ਜਗ੍ਹਾ ਦੇ ਉੱਤੇ ਜੋ ਸ਼ਾਂਤਮਈ ਧਰਨੇ ਆ 3 ਰੋਜ਼ਾ ਜੋ ਰੱਖੇ ਗਏ ਸੀਗੇ ਅੱਜ 3 ਦਿਨ ਆ। ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਚੱਲ ਰਹੇ ਜਿਹੜਾ ਮੇਨ ਸਾਡਾ ਗੱਲਬਾਤ ਦਾ ਹੈੱਡਕੁਆਟਰ ਆ ਉਹ ਅੰਮ੍ਰਿਤਸਰ ਜਿਹੜਾ ਚੱਲ ਰਿਹਾ ਆ। ਇਹਦੇ ਵਿੱਚ ਜਿਹੜਾ ਮੇਨ ਗੜੀ ਸਾਡੀ ਗੱਲਬਾਤ ਆ ਜੋ ਕੇਂਦਰ ਸਰਕਾਰ ਨੇ RCEP ਜਿਹੜਾ ਸਮਝੌਤਾ ਆ ਜੋ ਕੀਤਾ ਆ ਜੋ ਇਹ ਬੜੇ ਗੁਪਤ ਤਰੀਕੇ ਨਾਲ ਜਿਹੜੇ ਪਿੱਛੋਂ ਆਪਣੇ ਗੁਪਤ ਤਰੀਕੇ ਨਾਲ ਜਿਹੜਾ ਲੋਕਾਂ ਦੀ ਮਾਰੂ ਅੱਖ ਨਾਲ ਇਹਨੂੰ ਲਾਗੂ ਕਰ ਰਹੇ ਆ, ਨਾ ਇੱਥੋਂ ਦੇ ਕਿਸੇ ਪ੍ਰੈਸ ਨੂੰ, ਨਾ ਇੱਥੋਂ ਦੀਆਂ ਜਥੇਬੰਦੀਆਂ ਨੂੰ, ਨਾ ਇੱਥੋਂ ਦੇ ਲੋਕਾਂ ਨੂੰ ਕੁਛ ਨਹੀਂ ਇਸ ਬਾਰੇ ਕੋਈ ਪਤਾ। ਜੋ ਅੰਗਰੇਜ਼ੀ ਦੀਆਂ ਅਖਬਾਰਾਂ ਦੇ ਵਿੱਚੋਂ ਲੱਭ ਕੇ ਸਾਰੀਆਂ ਸੁਰਖੀਆਂ ਜੋ ਸਾਡੇ ਆਗੂ ਸਾਹਿਬਾਨਾਂ ਨੇ ਜਿਹੜਾ ਸੰਘਰਸ਼ ਦੇ ਇਹਦਾ ਵਿੱਢਿਆ ਆ ਇਹਦਾ ਵਿਰੋਧ ਕਰ ਰਹੇ ਆ, ਇੱਥੇ ਦੀ ਕਿਸੇ ਪ੍ਰੈਸ ਦੇ ਵਿੱਚ ਜਾਂ ਇਸ ਸਮਝੌਤੇ ਦੇ ਬਾਰੇ ਕੋਈ ਗੱਲਬਾਤ ਨਹੀਂ। ਇਹਦੀ ਪਿੱਛੇ 14-15 ਅਗਸਤ ਨੂੰ ਜਿਹੜੀ ਆ ਦਿੱਲੀ ਦੇ ਵਿੱਚ ਬੜੀ ਗੁਪਤ ਤਰੀਕੇ ਨਾਲ ਮੀਟਿੰਗ ਰੱਖੀ ਗਈ ਸੀਗੀ ਪਰ ਇੱਥੇ ਇਹਦੀ ਕੋਈ ਨਹੀਂ। ਜੋ ਇਹਦਾ ਅਖੀਰਲਾ ਜਿਹੜਾ ਅਮਲੀ ਜਾਮਾ ਜਿਹੜਾ ਤਿਆਰ ਬਰ ਤਿਆਰ ਆ ਜੋ ਇੱਥੇ ਵਿਦੇਸ਼ੀ ਜਿਹੜੀਆਂ ਚੀਜ਼ਾਂ 85% ਕਰ ਮੁਕਤ ਜਿਹੜੀਆਂ ਉਹ ਇੱਥੇ ਆਉਣਗੀਆਂ, ਜੋ ਇੱਥੇ ਦੀਆਂ ਚੀਜ਼ਾਂ ਜੋ ਅੱਗੇ ਹੀ ਉਹ ਰੋਲ ਰਹੀਆਂ ਹੈ ਉਹਨਾਂ ਦੀ ਹੋਰ ਬੇਕਦਰੀ ਹੋਏਗੀ, ਜਿਹੜੇ ਕਿਸਾਨ ਅੱਗੇ ਹੀ ਖੁਦਕਸ਼ੀਆਂ ਕਰ ਰਹੇ ਆ। ਜੇ ਇਹ ਸਮਝੌਤਾ ਬਾਹਰ ਦੀ ਤਰਜ਼ 'ਤੇ ਲਾਗੂ ਕਰ ਰਹੇ ਆ ਤਾਂ ਪਹਿਲਾਂ ਇੱਥੋਂ ਦੇ ਗਰਾਊਂਡ ਲੈਵਲ ਦੇ ਜਿਹੜੇ ਇੱਥੋਂ ਦੇ ਪੰਜਾਬ ਦੇ ਜਾਂ ਇੱਥੋਂ ਦੇ ਇੰਡੀਆ ਦੇ ਜਿਹੜੇ ਕਿਸਾਨ ਆ ਪਹਿਲਾਂ ਇਹ ਤਾਂ ਦੇਖ ਲੈਣ ਵੀ ਇਹਨਾਂ ਦੀ ਕੰਪੈਸਿਟੀ ਉਹ ਬਾਹਰ ਵਾਲੇ ਜਿਹੜੇ ਆ ਦੂਜੀਆਂ ਕੰਟਰੀਆਂ ਦੇ ਜਿਹੜੇ ਕਿਸਾਨ ਹੈਗੇ ਉਹਨਾਂ ਦੇ ਬਰਾਬਰ ਹੈਗੇ ਆ ਕਿ ਨਹੀਂ ਹੈਗੇ। ਇੱਥੇ ਤਾਂ 2-2 ਕਿੱਲੇ ਵਾਲੇ, 1.5-1.5 ਕਿੱਲੇ ਵਾਲੇ, ਜਿਹੜੇ 5-5 ਕਿੱਲੇ ਵਾਲੇ ਕਿਸਾਨ ਜਿਹੜੀ ਖੇਤੀ ਕਰ ਰਹੇ ਆ, ਕੋਈ ਸਰਕਾਰ ਵੱਲੋਂ ਸਹੂਲਤ ਨਹੀਂ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਅਤੇ ਜੋ ਇਹ ਸੱਟ ਜਿਹੜੀ ਆ ਇਹ ਮੇਨ ਜੋ ਖੇਤੀ ਪ੍ਰਧਾਨ ਸੂਬੇ ਆ ਪੰਜਾਬ ਅਤੇ ਹਰਿਆਣਾ ਬਹੁਤ ਵੱਡੀ ਜਿਹੜੀ ਮਾਰ ਆ ਇਹਨਾਂ ਦੇ ਉੱਤੇ ਪਏਗੀ, ਸਾਰੇ ਕਿੱਤੇ ਜਿਹੜੇ ਤਬਾਹ ਹੋ ਜਾਣਗੇ, ਛੋਟਾ ਦੁਕਾਨਦਾਰ ਵੀ ਖਤਮ ਹੋ ਜਾਏਗਾ, ਬਹੁਤ ਜਿਹੜੀ ਆ ਮਾੜੀ ਹਾਲਤ ਹੋ ਜਾਏਗੀ ਕਿਸਾਨਾਂ ਦੀ। ਇਹ 12 ਜਗ੍ਹਾ 'ਤੇ ਜੋ ਧਰਨੇ ਪ੍ਰਦਰਸ਼ਨ ਜਿਹੜੇ ਚੱਲ ਰਹੇ ਆ, ਸੂਬੇ ਦੇ ਆਗੂਆਂ ਨਾਲ ਗੱਲਬਾਤ ਹੁਣ ਟੈਲੀਫੋਨ 'ਤੇ ਵੀ ਹੋਈ ਆ ਸਾਨੂੰ ਆ ਰਿਹਾ ਵੀ ਜੋ ਇੱਥੋਂ ਦੇ DC ਸਾਹਿਬ ਆ ਉਹਨਾਂ ਵੱਲੋਂ ਅੱਗੇ ਵੀ ਬੜੇ ਸ਼ਾਂਤਮਈ ਤਰੀਕੇ ਨਾਲ 26 ਔਰ 29 ਅਗਸਤ ਨੂੰ ਮੈਂ ਅੱਗੇ ਮਾਈਕ 'ਤੇ ਵੀ ਬੋਲ ਰਿਹਾ ਸੀਗਾ ਸਾਡੇ ਧਰਨੇ ਲੱਗੇ ਸੀਗਾ, ਕੋਈ ਵੀ ਉਹਦੇ ਬਾਰੇ DC ਗੁਰਦਾਸਪੁਰ ਵੱਲੋਂ ਕੋਈ ਸਾਰਥਕ ਹੱਲ ਕੋਈ ਜਵਾਬ ਨਹੀਂ ਅਜੇ ਤੱਕ ਕੋਈ ਮੀਟਿੰਗ। ਇਹ 10 ਤਰੀਕ ਨੂੰ ਪਿੱਛੇ ਮੀਟਿੰਗ ਵੀ ਹੋਈ ਸੀ, ਇਹਨਾਂ ਨੇ ਕਿਹਾ ਸੀਗਾ ਵੀ ਆਪਾਂ ਜੋ ਗੰਨੇ ਵਾਲਾ ਮਸਲਾ ਆ ਜਾਂ ਡਰੇਨ ਵਾਲਾ ਮਸਲਾ ਆ ਇਹਨਾਂ ਦੇ ਅਧਿਕਾਰੀਆਂ ਨੂੰ ਇੱਥੇ ਬੁਲਾ ਕੇ ਤੁਹਾਡੀ ਮੀਟਿੰਗ ਕਰਕੇ ਜੋ ਉਹਦਾ ਸਹੀ ਹੱਲ ਆ ਉਹ ਕੱਢਿਆ ਜਾਏਗਾ, ਪਰ ਹਜੇ ਤੱਕ ਉਹ ਮਸਲਾ ਕੋਈ ਮੀਟਿੰਗ ਨਹੀਂ, ਕੋਈ ਗੱਲਬਾਤ ਨਹੀਂ, ਨਾ ਹੀ ਕੋਈ ਮੇਲਾਂ ਵੱਲੋਂ ਪੇਮੈਂਟ ਪਾਉਣ ਦੀ ਕੋਈ ਰਫ਼ਤਾਰ ਵਧਾਈ ਆ। 120 ਕਰੋੜ ਰੁਪਈਆ ਕੀੜੀ ਮਿਲਦਾ ਜੋ ਕਿਸਾਨਾਂ ਦੇ ਉੱਤੇ ਖੜ੍ਹਾ ਆ, ਮਿੱਲਾਂ ਦੇ ਨਵੀਂ ਫਸਲ ਫਿਰ ਪੱਕ ਕੇ ਤਿਆਰ ਆਉਣ ਵਾਲੀ ਆ, ਮਿੱਲਾਂ ਚੱਲਣ ਵਾਲੀਆਂ, ਕੋਈ ਨਵੇਂ ਮਿੱਲਾਂ ਚੱਲਣ ਦੀ ਕੋਈ ਤਰੀਕ ਨਹੀਂ ਤੈਅ, ਨਵੇਂ ਰੇਟ ਬਾਰੇ ਕੋਈ ਗੱਲਬਾਤ ਨਹੀਂ ਸੀਗੀ। ਇਸ ਕਰਕੇ ਕਿਸਾਨ ਜਿਹੜਾ ਬਹੁਤ ਚਿੰਤਤ ਆ। ਪੰਜਾਬ ਸਰਕਾਰ ਨਾਲ ਜਿਹੜੀ 16 ਸਤੰਬਰ ਨੂੰ ਮੀਟਿੰਗ ਹੋਈ ਉਹ ਮੰਗਾਂ ਜਿਹੜੀਆਂ ਮੰਨੀਆਂ ਉਹ ਤੋਂ ਵੀ ਨਾ ਮੁਮਕਰ ਆ,
ਡੀ ਸੀ ਸਾਹਿਬ ਨਾਲ ਜਿੰਨੀਆਂ ਵੀ ਸਾਡੀਆਂ ਮੀਟਿੰਗਾਂ, ਕਿਉਂਕਿ ਕਿਸਾਨ ਦੀਆਂ ਮੰਗਾਂ ਹੀ ਮੰਗਾਂ ਨੇ, ਇਹਨਾਂ ਕਦੀ ਮੰਗਾਂ 'ਤੇ ਪੂਰੇ ਉਤਰੇ ਨਹੀਂ। ਜਿਵੇਂ ਪਿੱਛੇ ਕਣਕ ਦਾ ਖਰਾਬਾ ਹੋਇਆ, ਪੂਰੇ ਪੰਜਾਬ ਦੀ ਕਣਕ ਬਾਰਿਸ਼ਾਂ ਕਰਕੇ ਤਬਾਹ ਹੋ ਗਈ, ਇਹਨਾਂ ਨੇ ਗਰਦੌਰੀਆਂ ਕੀਤੀਆਂ, ਅਜੇ ਤੱਕ ਉਹਦਾ ਕੋਈ ਨਾਂ ਰੋਸ਼ਨ ਹੀ ਨਹੀਂ ਕੀਤਾ ਵੀ ਤੁਹਾਨੂੰ ਖਰਾਬਾ ਦੇਵਾਂਗੇ ਜਾਂ ਨਹੀਂ ਦੇਵਾਂਗੇ। ਕਣਕ ਦਾ ਖਰਾਬਾ ਕੋਈ ਨਹੀਂ, ਇਹ ਹੁਣ ਨਵੀਂ ਫਸਲ ਝੋਨੇ ਦੀ ਆਉਣ ਵਾਲੀ ਆ, ਇਹਦੇ 'ਤੇ ਇੱਕ ਨਵਾਂ ਹੀ ਤਰੀਕਾ ਜਿਹੜਾ ਕੀਤਾ। ਸਾਡੀ ਡੀ ਸੀ ਸਾਹਿਬ ਨੂੰ ਵੀ ਕਿਹਾ ਸੀ, ਪ੍ਰਸ਼ਾਸਨ ਤੱਕ ਅਖਬਾਰਾਂ 'ਚ ਵੀ ਜਾਣ ਡੀਆਂ ਸਾਡੀਆਂ ਖਬਰਾਂ, ਇਹ ਜਿਹੜੇ ਝੋਨੇ ਨੂੰ ਕੱਟ ਲਾਉਂਦੇ ਆ ਕਿਹੜੇ ਕਿਹੜੇ ਤਰੀਕੇ ਨਾਲ ਕੱਟ ਲਾਉਂਦੇ ਨੇ, ਇਹ ਕਦੀ 250 ਕੱਟ, ਕਦੀ 20 ਰੁਪਏ ਕੱਟ, ਕਦੀ 30 ਰੁਪਏ ਕੱਟ, ਮਗਰ ਇਹ ਜਿਹੜੀ ਨਵੀਂ ਲੁੱਟ ਹੋ ਰਹੀ ਆ ਇਹ ਡੀ ਸੀ ਸਾਹਿਬ ਨੂੰ ਦੱਸਿਆ, ਅਤੇ ਇਹ ਲੁੱਟ ਰੁਕਣੀ ਚਾਹੀਦੀ ਆ ਕਿਸਾਨ ਦੀ। ਗੰਨੇ ਦਾ ਪੈਸਾ ਆ, ਅਜੇ ਤੱਕ ਗੰਨੇ ਦਾ ਪੈਸਾ ਇੰਨਾ ਬਕਾਇਆ ਪਿਆ ਆ ਕਿ ਲੋਕ ਤੜਫੜੇ ਨੇ। ਇੱਥੋਂ ਤੱਕ ਕਈ ਇਹੋ ਜਿਹੇ ਕਿਸਾਨ ਨੇ ਜਿਹਨਾਂ ਦੀ ਗੰਨੇ ਦੀ ਫਸਲ ਆ, ਬਿਮਾਰ ਪਏ ਨੇ। ਇੱਕ ਸਾਡੇ ਨੰਡਾਲੇ ਤੋਂ ਬਿਮਾਰ ਸੀ, ਉਹ ਕਹਿੰਦਾ ਮੇਰੇ ਕੋਲ ਪੈਸਾ ਹੀ ਕੋਲ ਕੋਈ ਨਹੀਂ, ਮੈਂ ਆਪਣੇ ਬੱਚੇ ਦਾ ਇਲਾਜ ਕਰਾ ਲਾਂ। ਇਹੋ ਜਿਹੀਆਂ ਸਰਕਾਰ ਦੀਆਂ ਨੀਤੀਆਂ ਨੇ, ਜੇ ਇਹਨਾਂ ਮਤਲਬ ਸਾਰੀਆਂ ਚੀਜ਼ਾਂ ਦੇ ਨਿੱਜੀਕਰਨ ਕਰਨਾ। ਇੱਕ ਹੈ ਜਿਹੜੇ ਭਾਅ ਜੀ ਬੋਲਣ ਦੇ ਨੇ, ਕਿਹੜੀ ਰਿਪੋਰਟ ਆ, ਸੀ ਪੀ, ਜੇ ਇਹਨਾਂ ਸਭ ਕੁਝ ਇੱਦਾਂ ਹੀ ਕਰ ਦੇਣਾ, ਸੜਕਾਂ ਦਾ ਨਿੱਜੀਕਰਨ, ਬਿਜਲੀ ਬੋਰਡ ਦਾ ਨਿੱਜੀਕਰਨ, ਮੰਡੀਆਂ ਦਾ ਨਿੱਜੀਕਰਨ, ਤਾਂ ਇਹਨਾਂ ਕਿੱਥੇ ਜਾਣਾ। ਗੁਰਦਾਸਪੁਰ ਤੋਂ ਸਿਮਰਜੀਤ ਸਿੰਘ ਦੀ ਰਿਪੋਰਟ।